ਸਾਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਸੁਖਦੀਪ ਕੌਰ ਸੰਧੂ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਪਹਿਲਾ ਵੇਸ਼ ਨੇ ਚੋਣਵੀਆਂ ਖਬਰਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਹਿਰਾਇਆ ਕੌਮੀ ਝੰਡਾ ਕਿਹਾ ਪੰਜਾਬ ਹਿੰਦੁਸਤਾਨ ਦਾ ਦਿਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਲੜਨਗੇ ਚੋਣ ਵਰਕਰਾਂ ਸਾंभਣਗੇ ਚੋਣ ਪ੍ਰਚਾਰ ਦੀ ਕਮਾਂਡ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਕਮਸਤਕ ਹੋਣ ਪਹੁੰਚੇ ਗੁਰਦਾਸ ਮਾਨ ਨਵਜੋਤ ਸਿੱਧੂ ਖਿਲਾਫ ਬਿਕਰਮਜੀਠੀਆ ਲੜਨਗੇ ਚੋਣ ਅਕਾਲੀ ਦਲ ਨੇ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੌਰੇ ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਕਮਸਤਕ ਹੋਏ ਹੈ। ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਕਰਦੇ ਹੋਏ ਰਾਹੁਲ ਗਾਂਧੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਮੱਥਾ ਟੇਕਿਆ। ਫਿਰ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਕਮਸਤਕ ਹੋਏ ਤੇ ਅਰਦਾਸ ਕੀਤੀ ਹੈ। ਸੋ ਇਸ ਮੌਕੇ ਤੇ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੁਭਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ ਕਾਂਗਰਸ ਦੇ ਕਈ ਆਕੂ ਮਜੂਦ ਸਨ ਰਾਹੁਲ ਗੰਦੀ ਦੇ ਨਾਲ ਵਾਕ-ਵਾਕ ਹਲਕਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਉਮੀਦਵਾਰ ਵੀ ਸ਼ਾਮਿਲ ਸਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਇਸ ਮੌਕੇ ਤੇ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਬਦੌਲਤ ਅੱਜ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਹੀ ਸਨ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਫਾਂਸੀ ਦੇ ਰਸਤੇ ਨੂੰ ਝੁਮਕੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੇ ਵੀ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਸ਼ਲਾਘਾ ਕਰਦੇ ਹੋਏ ਕਿ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਗਿਣਤੀ ਦੇਸ਼ ਦੀ ਬਹਾਦਰ ਪੁਲਿਸ ਫੋਰਸ ਦੇ ਵਿੱਚ ਹੁੰਦੀ ਹੈ ਜਿਸ ਨੇ ਆਪਣੀ ਡਿਊਟੀ ਸਮੇਂ-ਸਮੇਂ 'ਤੇ ਇਮਾਨਦਾਰੀ ਨਾਲ ਨਿਭਾਈ ਹੈ ਆਜ਼ਾਦੀ ਦੌਰਾਨ ਜੋ ਵੰਡ ਹੋਈ ਉਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਵੀ ਪੰਜਾਬੀਆਂ ਨੂੰ ਚਲਣਾ ਪਿਆ ਹੈ ਇਹ ਆਜ਼ਾਦੀ ਨੂੰ ਸਾਨੂੰ ਸੰਭਾਲ ਕੇ ਰੱਖਣਾ ਪਵੇਗਾ ਸੋ ਜਿਨ੍ਹਾਂ ਪਰਿਵਾਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਹਿੰਦੁਸਤਾਨ ਦਾ ਦਿਲ ਹੈ ਅਤੇ ਜੇਕਰ ਪੰਜਾਬ ਮਜ਼ਬੂਤ ਹੋਏਗਾ ਤਾਂ ਦੇਸ਼ ਵੀ ਮਜ਼ਬੂਤ ਹੋਏਗਾ। ਆਜ ਗਣਤੰਤਰ ਦੇ ਉਸ ਦਿਵਸ ਤੇ ਆਪਾਂ ਸਾਰੇ ਇਕੱਠੇ ਹੋਈਆਂ ਤੁਸੀਂ ਵੀ ਇਹਦਾ ਆਪਣੀ ਆਜ਼ਾਦੀ ਦਾ ਅਨੰਤ ਮਾਣ ਰਹੀ ਹੋ। ਜੀ ਔਰ ਬੜਾ ਖੁਸ਼ੀ ਦਾ ਦਿਹਾੜਾ ਕਿ ਜਿਸ ਦਿਨ ਸਾਡਾ ਸੰਵਧਾਨ ਲਾਗੂ ਹੋਇਆ। ਔਰ ਜੋ ਗੁਰਨਾਨਕ ਸਾਹਿਬ ਦਾ ਸੁਪਨਾ ਸੀਗਾ ਉਹ ਹਿੰਦੁਸਤਾਨ ਦੇ ਵਿੱਚ ਆਬਾ ਬੀਟਕਰ ਸਾਹਿਬ ਨੇ ਉਹਨੂੰ ਲੈ ਕੇ ਚੱਲੇ ਕਿ ਉੱਚ ਨੀਚਤਾ ਦਾ ਭਾਵ ਫੇਰ ਸਾਰੀਆਂ ਕਮਿਊਨਿਟੀਜ਼ ਨੂੰ ਬਰਾਬਰਤਾ ਜਿਹੜਾ ਇਹਦੇ ਵਿੱਚ ਕਿ ਸਾਰਿਆਂ ਨੂੰ ਬਰਾਬਰਤਾ ਦੇ ਹਿੱਦੇ ਵਿੱਚ ਸਾਹਿਬ ਨੂੰ ਚਾਹੀਦਾ ਔਰ ਜਿਹੜੀਆਂ ਕਮੀਆਂ ਕਈ ਵਾਰ ਇਹਦੇ ਵਿੱਚ ਅਮੈਂਡਮੈਂਟਸ ਵੀ ਹੋਈਆਂ ਔਰ ਵਕ ਵਕ ਟਾਈਮ ਤੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਂਦੀਆਂ ਗੱਲਾਂ ਸਭ ਤੋਂ ਵੱਡੀ ਗੱਲ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ 'ਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਮੈਂ ਕਮਾਂਕਾ ਕੀ ਚੀਹ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਚ ਸਭ ਤੋਂ ਕੋਈ ਮੋਰੀ ਸੀਗਾ ਤੇ ਅੰਗਰੇਜ਼ਾਂ ਨੂੰ ਭਜਾਉਣ ਲਈ ਉਹਨਾਂ ਨੂੰ ਇਥੋਂ ਕੱਢਣ ਲਈ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਫਾਂਸੀ ਦੇ ਰਸੇ 'ਚ ਉੱਮੇ ਇਥੋਂ ਤਾਂ ਕਿ ਇਹਨਾਂ ਦੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਪਰ ਜਿੱਤੇ ਦੇਸ਼ ਆਜ਼ਾਦ ਹੋਇਆ ਨਾਲ ਇਹ ਵੀ ਹੋਇਆ ਕਿ ਜਦੋਂ ਪਟਵਾਰਾ ਹੋਇਆ ਤੇ ਸਾਡਾ ਪੰਜਾਬ ਦਾ ਨੁਕਸਾਨ ਵੀ ਬਹੁਤ ਹੋਇਆ ਜਾਨੀ ਮਾਲੀ ਤੇ ਜਿਹੜਾ ਦੂਸਰਾ ਸੀ ਜ਼ਮੀਨ ਜਾਇਦਾਦਾਂ ਦਾ ਉਹ ਵੀ ਸਾਡਾ ਨੁਕਸਾਨ ਹੋਇਆ ਤੇ ਜੇ ਮੈਂ ਇਹ ਕਹਾਂ ਕਿ ਅੱਜ ਵੀ ਮੈਂ ਬਿਲਕੁਲ ਕਹਿ ਸਕਦਾ ਕਿ ਅੱਜ ਵੀ ਹਿੰਦੁਸਤਾਨ ਦੀ ਆਜ਼ਾਦੀ ਨੂੰ ਬਹਾਲ ਰੱਖਣ ਚ ਪਾਕਿਸਤਾਨ ਦੇ ਨਪਾਕ ਇਰਾਦਿਆਂ ਨੂੰ ਖਤਮ ਕਰ ਚ ਪੰਜਾਬੀਆਂ ਦਾ ਸਭ ਤੋਂ ਵੱਡਾ ਆਤਿਆ ਔਰ ਬਾਰਡਰ ਦੇ ਉੱਤੇ ਸਭ ਤੋਂ ਲੰਬਾ ਸਾਡਾ 550 ਕਿਲੋਮੀਟਰ ਦਾ ਸਾਡਾ ਬਾਰਡਰ ਆ ਅਸੀਂ ਇਹਦੀ ਪੰਜਾਬੀ ਰਖਵਾਲੀ ਕਰ ਰਹੇ ਹਾਂ ਔਰ ਇੱਕ ਇੱਕ ਪਿੰਡ ਜਿਹੜਾ ਬਿਲਕੁਲ ਬਾਰਡਰ ਤੇ ਜ਼ੀਰੋ ਲਾਈਨ ਤੇ ਹਰ ਰੋਜ਼ ਰੈਡ ਅਲਰਟ ਕਦੀ ਕੋਈ ਅਲਰਟ ਪੁਰਿਆ ਰਹੇ ਦਾ ਪਰ ਇਹ ਪੰਜਾਬੀਆਂ ਨੇ ਆਪਣੇ ਦੇਸ਼ ਭਗਤੀ 'ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿ ਸ਼ਾਇਆ ਹੇਠ ਸਜਾਏਗੇ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਹੈ। ਇਸ ਨਗਰ ਕੀਰਤਨ ਮੌਕੇ ਸਤਖੰਡਾ ਸ਼੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੇ ਛੇ ਗੁਰੂ ਗ੍ਰੰਥ ਸਾਹਿਬ ਜਿਤੇ ਪਾਵਨ ਰੂਪ ਤੇ ਚਾਰ ਸਾਹਿਬ ਦੀ ਸੇਵਾ ਨਿਭਾਈ ਹੈ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਜਸ ਉਚਾਰਨ ਕਰਦੇ ਹੋਏ ਸ਼ਰਦਾ ਦਾ ਪ੍ਰਗਟਾਵਾ ਕੀਤਾ ਹੈ ਨਗਰ ਕੀਰਤਨ ਦੇ ਰਸਤੇ ਦੇ ਵਿੱਚ ਸੰਗਤਾਂ ਨੇ ਵਾਕ-ਵਾਖ ਪਕਵਾਨਾਂ ਦੇ ਲੰਗਰਾਂ ਦੀ ਸੇਵਾ ਕੀਤੀ ਹੈ ਇਸ ਦੌਰਾਨ ਸਕੂਲੀ ਬੱਚਿਆਂ ਬੈਂਡ ਪਾਰਟੀਆਂ ਸ਼ਬਦ ਚੌਂਕੀ ਜਥੇ ਤੇ ਗਤਕਾ ਪਾਰਟੀਆਂ ਨੇ ਪੂਰੇ ਉਤਸ਼ਾਹ ਨਾਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਪਰਾਰੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਆ ਪਿਆਰਿਆਂ ਦੀ ਅਗਵਾਈ ਵਿੱਚ ਹੋਈ ਹੈ ਜੋ ਸ਼ਹਿਰ ਦੇ ਵਕ ਵਕ ਬਾਜ਼ਾਰਾ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸਾਹਿਬ ਜੀ ਵਿਖੇ ਜਾ ਕੇ ਸੰਪੰਨ ਹੋਵੇਗਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਿੱਥੇ ਸਤਿਗੁਰੂ ਕਲਗੀ ਤਰਪਾਚਾ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕੀਤੀ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਸਮਾਉਣ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਵਿੱਤਰ ਤਾੜੂ ਕੈਮਰਾ ਰੱਖਦੇ ਆ ਉਹਨਾਂ ਨੇ ਪਾਵਨ ਅਨੋਖੀ ਸ਼ਹਾਦਤ ਪ੍ਰਾਪਤ ਕੀਤੀ ਵਿਧਾਨ ਸਭਾ ਹਲਕਾ ਲੰਬੀ ਤੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ ਇਹ ਐਲਾਨ ਲੰਬੀ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਦਫ਼ਤਰ ਦੇ ਉਕਾਟਣ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਚੇਰੇ ਭਰਾਤੇ ਉਹਨਾਂ ਦੇ ਸਿਆਸੀ ਸਲਾਹਕਾਰ ਮੇਜਰ ਭពਿੰਦਰ ਸਿੰਘ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਨਿੱਜੀ ਤੌਰ ਤੇ ਲੰਬੀ ਹਲਕੇ ਦੇ ਲੋਕਾਂ ਦੇ ਨਾਲ ਵਾਖ ਵਾਖ ਮੀਟਿੰਗਾਂ ਵੀ ਕੀਤੀਆਂ ਗਈਆਂ ਤੇ ਇਹ ਸਾਫ਼ ਹੈ ਕਿ ਇਸ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਹੀ ਚੋਣ ਲੜਨਗੇ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਕੁਝ ਦਿਨ ਪਹਿਲਾਂ ਤੱਕ ਹੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਬੀਤੇ ਦਿਨੀ ਕਰੋਨਾ ਪੋਜ਼ਿਟਿਵ ਪੌਣ ਤੋਂ ਬਾਅਦ ਉਲੂਧਿਆਣਾ ਵਿਖੇ ਇਲਾਜਾਦੀਨ ਰਹੇ ਨੇ ਅਤੇ ਹੁਣ ਉਹ ਲੋਕਾਂ ਦੇ ਵਿੱਚ ਨਹੀਂ ਵਿਚਰ ਰਹੇ ਨੇ ਉਹਨਾਂ ਦੇ ਚੋਣ ਦਫ਼ਤਰ ਦੇ ਉਦਘਾਟਨ ਤੋਂ ਉਪਰੰਤ ਇਹ ਸਪਸ਼ਟ ਹੋ ਗਿਆ ਹੈ ਕਿ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੰਬੀ ਹਲਕੇ ਤੋਂ ਚੋਣ ਲੜਨਗੇ ਜਦਕਿ ਪਹਿਲਾਂ ਇਹ ਕਿਐਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਆਪ ਚੋਣ ਨਹੀਂ ਲੜਨਗੇ ਅਤੇ ਬਾਦਲ ਪਰਿਵਾਰ ਦਾ ਕੋਈ ਹੋਰ ਮੈਂਬਰ ਇਸ ਹਲਕੇ ਤੋਂ ਚੋਣ ਲੜ ਸਕਦਾ ਹੈ ਪਰ ਚੋਣ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਇਸ ਬਿਆਨ ਨੇ ਸਾਰੀਆਂ ਕਿਐਸਰਾਈਆਂ ਤੇ ਵਿਰਾਮ ਲਗਾ ਦਿੱਤਾ ਮੀਤ ਵਰਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਐਲਾਨ ਕਰਨਾ ਦੀ ਕੋਈ ਲੋੜ ਹੀ ਨਹੀਂ ਗਈ ਕਿੰਨੇ ਵਾਰ ਹੀ ਕਿਹਾ ਗਿਆ ਹੈਗਾ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲੀ ਲੰਮੀ ਤੋਂ ਇਲੈਕਸ਼ਨ ਲੜਨਗੇ ਹਲਕੇ 'ਚ ਦੇਖ ਲਓ ਜੀ ਪਹਿਲਾਂ ਤਾਂ ਕਾਂਗਰਸ ਦੀ ਕੋਈ ਟਿਕਟ ਲੈਣ ਲਈ ਨਹੀਂ ਤਿਆਰ ਸੀ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਕਹਿੰਦੇ ਸੀ ਤੁਸੀਂ ਲੈ ਲਓ ਕਹਿੰਦੇ ਨਹੀਂ ਦੀ ਤੁਸੀਂ ਲੈ ਲਓ ਹੁਣ ਚਲੋ ਟਿਕਟ ਮਿਲ ਗਈ ਹੈ ਹੁਣ ਪਤਾ ਲੱਗ ਜਾਊਗਾ ਜਿਵੇਂ ਮੈਂ ਕਿਹਾ ਹੈਗਾ ਵੀ ਐਤ ਕੀ ਇਹੋ ਜਿਹਾ ਰਿਕਾਰਡ ਤੋੜ ਕੇ ਸਾਡੇ ਜਿਹੜੇ ਵਰਕਰ ਹੈਗੇ ਲੀਡਰ ਸਹਿਬਾਨਾ ਇਹਨਾਂ ਨੇ ਇੰਨਾ ਜੋਰ ਲਾਉਣਾ ਹੈ ਵੀ ਬਾਦਲ ਸਾਹਿਬ ਦੀ ਵੋਟ ਜਿਹੜੀ ਹੈ ਉਹ ਲੰਮੀ ਹਲਕੇ ਚ ਰਿਕਾਰਡ ਤੋੜ ਜਿੱਤ ਹੋਊਗੀ ਇਤਿਹਾਸਿਕ ਜਿੱਤ ਹੋਊਗੀ ਜਿਹੜੀ ਲਿਖੀ ਜਾਊਗੀ ਲੰਮੀ ਦੇ ਪੰਨਿਆਂ ਚ ਇੰਨਾ ਸੰਯੋਗ ਦੇਖੋ 30 ਸਾਲਾਂ ਦਾ ਤਾਂ ਮੈਂ ਬਾਦਲ ਸਾਹਿਬ ਨਾਲ ਜਦੋਂ ਦਾ 70 ਤੋਂ ਲੈ ਕੇ 30 ਤੋਂ ਵੀ 50 ਸਾਲੀ ਹੋ ਚੱਲੇ ਜਦੋਂ ਤਾਂ ਮੈਂ ਫੌਜ ਛੱਡੀ ਸੀ ਐਹੋ ਜਿਹਾ ਹੰਗਾਰਾ ਕਦੇ ਵੀ ਨਹੀਂ ਮਿਲਿਆ ਲੋਕ ਕਹਿੰਦੇ ਆ ਜੀ ਤੁਸੀਂ ਸਾਡੇ ਵਿੱਚ ਨਾ ਆਓ ਤੁਸੀਂ ਆਪਦੇ ਘਰੇ ਬੈਠੋ ਅਸੀਂ ਤੁਹਾਡਾ ਇਲੈਕਸ਼ਨ ਲੜਾਂਗੇ ਆ ਸਾਡੇ ਹੈਗੇ ਚੇਅਰਮੈਨ ਸਾਹਿਬ ਹੈਗੇ ਹੋਰ ਸਾਰੇ ਵਰਕਰ ਹੈਗੇ ਲੀਡਰ ਹੈਗੇ ਇਹ ਬਾਦਲ ਸਾਹਿਬ ਦਾ ਇਲੈਕਸ਼ਨ ਲੜਨਗੇ ਤੇ ਤੁਸੀਂ ਬਿਲਕੁਲ ਹੀ ਇਹ ਨਾ ਸੋਚੋ ਤੁਹਾਨੂੰ ਕਿਸੇ ਪਿੰਡ ਚੋਂ ਦੀ ਲੋੜ ਹੈ ਇੱਕ ਕਾਰਿਓ ਗੇੜਾ ਕੱਢ ਹੀ ਗਏ ਹੈਗੇ ਤੇ ਇਸ ਤੋਂ ਮਗਰੋਂ ਦੁਬਾਰਾ ਅਸੀਂ ਉਹਨਾਂ ਨੂੰ ਤਕਲੀਫ ਨਹੀਂ ਦੇਵਾਂਗੇ ਇਹ ਸਾਡਾ ਆਪਦਾ ਇਲੈਕਸ਼ਨ ਹੈ ਗਾਇਕ ਤੇ ਫਿਲਮੀ ਕਲਾਕਾਰ ਗੁਰਦਾਸ ਮਾਨ ਨੇ ਸਚਕੰਚਰੀ ਹਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਹੈ ਆਪਣੀ ਇਸ ਫੇਰੀ ਦੇ ਦੌਰਾਨ ਉਹਨਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਨ ਕੀਤੇ ਗੁਰਦਾਸ ਮਾਨ ਨੇ ਇਸ ਮੌਕੇ ਤੇ ਕਿਹਾ ਹੈ ਕਿ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਨਕਮਸਤਕ ਹੋ ਕੇ ਉਹਨਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਅਤੇ ਅੱਜ ਦੇ ਮੌਕੇ ਸਚਕੰਚਰੀ ਦਰਬਾਰ ਸਾਹਿਬ ਨਕਮਸਤਕ ਹੋਏ ਨੇ ਅਤੇ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਨੇ ਜ਼ਿਕਰ ਹੋ ਗਿਆ ਕਿ ਗੁਰਦਾਸ ਮਾਨ ਉਹ ਕਲਾਕਾਰ ਹੈ ਜਿਸ ਨੇ ਨਾ ਸਿਰਫ ਗਾਇਕੀ ਦੇ ਖੇਤਰ ਦੇ ਵਿੱਚ ਨਾ ਚਮਕਾਇਆ ਹੈ ਬਲਕਿ ਅਦਾਕਾਰੀ ਦਾ ਵੀ ਲੋਹਾ ਮਨਵਾਇਆ ਹੈ ਪਾਲੀਵੁੱਡ ਦੇ ਵਿੱਚ ਉਹਨਾਂ ਨੇ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਜਿਹੜੀਆਂ ਕਿ ਅੱਜ ਵੀ ਵੇਖੀਆਂ ਜਾਂਦੀਆਂ ਨੇ ਉਹਨਾਂ ਦੇ ਗਾਏ ਗੀਤ ਹਰ ਕੋਈ ਸੁਣਦਾ ਹੈ ਬਾਬਾ ਦੀਪ ਸਿੰਘ ਜੀ ਮਾਰੇ ਸਾਰੇ ਗੁਰੂ ਦੇ ਜਿਹੜੇ ਜਿੰਨੇ ਵੀ ਮੁਰੀਦ ਹੋਏ ਆ ਸ਼ਹੀਦ ਹੋਏ ਆ ਸਭ ਨੂੰ ਬਹੁਤ ਕੋਟੀ ਕੋਟੀ ਪ੍ਰਣਾਮ ਦਾਤਾ ਜਿੱਥੇ ਸ਼ਹੀਦਾਂ ਦੇ ਚਿਰਾਗ ਰੌਸ਼ਨ ਰਹਿਣ ਮੁਰੀਦਾਂ ਦੇ ਭਾਗ ਰੌਸ਼ਨ ਰਹਿਣ ਦਾਤਾ ਸਭ ਦਾ ਭਲਾ ਕਰੇ ਸਭ ਦਾ ਪਲਾ ਕਰਨ ਵਾਲਾ ਸਭ ਦਾ ਬਖਸ਼ਣ ਹਾਰ ਸੁਆਮੀ ਹੈ ਮਾਨ ਸਾਹਿਬ ਫਿਰ ਕਿਰਪਾ ਮਾਰ ਜੋ ਪ੍ਰਕੋਪ ਛਾ ਰਿਹਾ ਕਿਰਪਾ ਕਿਰਪਾ ਕਰੇ ਦਾਤਾ ਮੇਰ ਕਰੇ ਸਭ ਦਾ ਪਲਾ ਕਰੇ ਸਭ ਨੂੰ ਤੰਦਰੁਸ ਰੱਖੇ ਸ਼੍ਰੋਮਣਿਆ ਕਾਲੀਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਨਵਜੋਤ ਸਿੰਘ ਸਿੱਧੂ ਅਮੋ ਸਾਹਮਣੇ ਹੋਣ ਜਾ ਰਹੇ ਨੇ ਸ਼੍ਰੋਮਨੀ ਅਕਾਲੀ ਦਲ ਦੇ ਵੱਲੋਂ ਮਜੀਠੀਆਂ ਨੂੰ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨਵਜੋਤ ਸਿੱਧੂ ਦੇ ਖਿਲਾਫ ਉਤਾਰਿਆ ਗਿਆ ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਜੰਡਿਆਲਾ ਹਲਕੇ ਤੋਂ ਸਤੰਦਰ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਤਿਆਰ ਹੋ ਜਾਣ ਕਿਉਂਕਿ ਮਾਜਾ ਦਾ ਜਰਨੈਲ ਉਹਨਾਂ ਖਿਲਾਫ ਚੋਣ ਲੜਨ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਜੀਠੀਆ ਦੇ ਖਿਲਾਫ ਪੰਜਾਬ ਦੀ ਸਰਕਾਰ ਸਮੇ ਤਾਰੀਆਂ ਹੀ ਪਾਰਟੀਆਂ ਲੱਗੀਆਂ ਨੇ ਕਿਉਂਕਿ ਮਜੀਠੀਆ ਉਹਨਾਂ ਨੂੰ ਭੁਜਾ ਕੇ ਰੱਖਦੇ ਨੇ ਅਤੇ ਪੰਜਾਬੀਆਂ ਦੀ ਆਵਾਜ਼ ਚੁੱਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਬੜਾ ਅਫਸੋਸ ਹੈ ਕਿ ਚੰਨੀ ਸਰਕਾਰ ਨੇ ਖਾਸ ਕਰਕੇ ਨਵਜੋਤ ਸਿੱਧੂ ਨੇ ਮਜੀਠੀਆ ਦੇ ਖਿਲਾਫ ਡਰੱਗ ਦਾ ਝੂਠਾ ਕੇਸ ਦਰਜ ਕੀਤਾ ਹੈ ਇੱਕ ਗੁਰਸਿੱਖ ਪਰਿਵਾਰ ਤੇ ਡਰੱਗ ਦਾ ਝੂਠਾ ਇਲਜ਼ਾਮ ਲਗਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਮਜੀਠੀਆ ਇੱਕ ਅਜੇਹਾ ਇਨਸਾਨ ਹੈ ਜੋ ਰਜਾਣਾ ਟਾਈਕੰਟੇ ਨਿਤਨੇਮ ਕਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਚ ਸਿਰਫ ਮੈਂ ਹੀ ਮੈਂ ਅਤੇ ਬਾਕੀਆਂ ਨੂੰ ਉਹ ਕੁਝ ਨਹੀਂ ਸਮਝਦੇ ਹੁਣ ਅੰਮ੍ਰਿਤਸਰ ਹਲਕੇ ਦੀ ਜਨਤਾ ਇਨਸਾਫ ਕਰੇਗੀ ਬਾਬਾ ਬਕਾਲਾ ਹਲਕੇ ਤੋਂ ਕਈ ਸਰਪੰਚ ਬਲਾਕ ਸਮਤੀ ਮੈਂਬਰ ਕਮੇਟੀ ਦੇ ਮੈਂਬਰ ਤੇ ਹਜ਼ਾਰਾਂ ਵਰਕਰ ਸ਼੍ਰੋਮਣੀ ਕਾਲੀ ਦਲ ਸ਼ਾਮਿਲ ਹੋਏ ਹੈ ਜੰਡਿਆਲਾ ਹਲਕੇ ਤੋਂ ਵੀ ਉਹਨਾਂ ਦੇ ਨਾਲ ਬਹੁਤ ਸੰਗਤ ਨਾਲ ਕਾਂਗਰਸ ਤੋਂ ਛੱਡ ਕੇ ਅਲਵਿਦਾ ਕਰਕੇ ਸ਼੍ਰੋਮਣੀ ਕਾਲੀ ਦਲ ਚਾਮਲ ਹੋਇਆ ਹੈ ਤੇ ਫਿਰ ਮੈਂ ਜੰਡਿਆਲਾ ਹਲਕੇ ਤੋਂ ਮੈਂ ਸਿੰਦਰਜੀਤ ਸਿੰਘ ਛੱਜਲਵੱਡੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੀ ਮੈਂ ਨਾਲ ਦੂਜੀ ਅਹਿਮ ਅਖੀਰ ਲੀਆਂ ਦੋ ਟਿਕਟਾਂ ਅਖੀਰ ਲੀਆਂ ਦੋ ਟਿਕਟਾਂ ਸ਼੍ਰੋਮਣੀ ਅਕਾਲੀ ਦਲ ਮੈਂ ਕਹਿ ਸਕਦਾ ਕਿ ਇੱਕ ਪਰਿਵਾਰ ਹੈ ਇੱਕੋ ਇੱਕ ਪਾਰਟੀ ਹੈ ਜਿਹੜੀ ਇਕੱਠੀ ਹੈ ਇੱਕ ਮੋਠਾ ਹੈ ਇਹ ਕਮਾਂਡ ਥੱਲੇ ਹੈ ਸਾਰੀ ਇੱਕ ਟੀਮ ਹੈ 2 ਮਹੀਨੇ ਹੋ ਗਏ ਸਾਡੇ ਕੈਂਡੀਡੇਟ ਅਨਾਉਂਸ ਕੀਤੇ ਮੈਦਾਨੇ ਜੰਗ ਚ ਸੋ ਜਿਹੜੇ ਸਭ ਤੋਂ ਇੰਪੋਰਟੈਂਟ ਦੋ ਸੀਟਾਂ ਜਿਹੜੀਆਂ ਅਸੀਂ ਅਸੀਂ ਸੋਚਿਆ ਸੀ ਅਖੀਰ ਚ ਰਹਿਣਗੇ ਸਾਡੇ ਵੀਆਈਪੀ ਦੋਨੋਂ ਹੀ ਤੇ ਮੈਂ ਅਨਾਉਂਸ ਕਰਦਾ ਇੱਕ ਤਾਂ ਨਵਜੋ ਸਿੱਧੂ ਤਿਆਰ ਹੋ ਜਾ ਨਵਜੋ ਸਿੱਧੂ ਦੇ ਖਿਲਾਫ ਮਾਝੇ ਦਾ ਸ਼ੇਰ ਵਿਕਰਮ ਸਿੰਘ ਮਜੀਠੀਆ विक्रम सिंह मजीठिया ਦੇ ਖਿਲਾਫ ਪੰਜਾਬ ਦੀ ਸਰਕਾਰ ਸਾਰੀ ਕਾਂਗਰਸ ਪਾਰਟੀ ਸਾਰੀਆਂ ਪਾਰਟੀਆਂ ਲੱਗੀਆਂ ਕਿਉਂ ਕਿਉਂਕਿ ਉਹਨਾਂ ਨੂੰ ਭਜਾ ਕੇ ਰੱਖਦਾ ਹੈ ਪੰਜਾਬੀਆਂ ਦੀ ਆਵਾਜ਼ ਉਠਾਉਂਦਾ ਹੈ ਪੰਜਾਬੀਆਂ ਦੀ ਲੜਾਈ ਲੜਦਾ ਹੈ ਤੇ ਬੜਾ ਅਫਸੋਸ ਹੈ ਕਿ ਕਾਂਗਰਸ ਪਾਰਟੀ ਚੰਨੀ ਸਰਕਾਰ ਨੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਜਿਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਝੂਠਾ ਕੇਸ ਕੀਤਾ ਸਾਬਕਾ ਸੰਸਦ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਬਾਦਲ ਨੂੰ ਜਵਾਬ ਦਿੰਦੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਬਿਕਰਮਜੀਤਿਆ ਦੀ ਜ਼ਮਾਨਤ ਕਰਵਾਓ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਹੋਣ ਨਾਲ ਅਧਿਕਾਰੀਆਂ ਦੇ ਵਿੱਚ ਹਿੰਮਤ ਆਈ ਹੈ ਨਹੀਂ ਤਾਂ ਪਹਿਲਾਂ ਮਜੀਠੀਆ ਨੇ ਅਧਿਕਾਰੀਆਂ ਨੂੰ ਡਰਾ ਕੇ ਰੱਖਿਆ ਸੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਜੀਠੀਆ ਦੇ ਸੰਬੰਧਤਿਆ ਰਿਪੋਰਟਾਂ ਹੁਣ ਸਾਹਮਣੇ ਆ ਰਹੀਆਂ ਨੇ ਕਿ ਉਸ ਦੀਆਂ ਗੱਡੀਆਂ ਦੇ ਵਿੱਚ ਤਸਕਰ ਘੁੰਮ ਰਹੇ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਤਲਕੀ ਚ ਉਹ ਆਉਂਦੇ ਜਦ ਕੀ ਉਹ ਜਵਾਬ ਦੇਵੇ ਕਿ ਨਸ਼ੇ ਦੇ ਲਈ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਖਿੱਚ ਕਿਉਂ ਰਹੇ ਨੇ ਸੋ ਹਾਈ ਕੋਰਟ ਨੇ ਕੁਝ ਦੇਖ ਕੇ ਹੀ ਮਜੀਠੀਆ ਦੀ ਜ਼ਮਾਨਤ ਰੱਦ ਕੀਤੀ ਹੈ ਹਰਸਿਮਰਤ ਬਾਦਲ ਦੇ ਵੱਲੋਂ ਮਜੀਠੀਆ ਦੇ ਪੂਰਬੀ ਤੋਂ ਚੋਣ ਲੜਨ ਤੇ ਉਹਨਾਂ ਨੇ ਕਿਹਾ ਹੈ ਕਿ ਪੂਰਬੀ ਹਲਕੇ ਦੇ ਲੋਕ ਬੇਫਿਕਰ ਨਹੀਂ ਨੇ ਕਿ ਨਸ਼ੇ ਦੇ ਸੁਧਾਗਰਾਂ ਨੂੰ ਵੋਟ ਪਾਉਣਗੇ ਕੈਪਟਨ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਅਰੂਸਾ ਆਲਮ ਦੇ ਕਹਿਣ ਤੇ ਅਸੀਂ ਟੈਂਡਰ ਨਹੀਂ ਦਿੰਦੇ ਕੈਪਟਨ ਦੇ ਪਾਕਿਸਤਾਨ ਨੂੰ ਸਿਫਾਰਿਸ਼ ਮਿਲੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਕਿ ਕੌਣ ਉਹਨਾਂ ਦੇ ਨਾਲ ਲੰਬੀਆਂ ਸਲਾਹਾਂ ਕਰਦਾ ਏ ਉਹਨਾਂ ਨੇ ਵੀ ਦੱਸਿਆ ਕਿ ਕੈਪਟਨ ਦੀ ਹੁਣ ਉਮਰ ਹੋ ਗਈ ਹੈ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਥੋੜੇ ਲੇਟ ਜ਼ਰੂਰ ਹੋਗੇ ਕਿਉਂਕਿ ਨਵਜੋਤ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਤਾਂ ਪਹਿਲਾਂ ਸਾਡੇ ਕੋਲ ਕੋਈ ਇਹੋ ਜਿਹੀ ਤਿਆਰ ਟੀਮ ਨਹੀਂ ਸੀਗੀ ਅ ਵਰਕਰ ਸਾਡੇ ਬਹੁਤ ਪੁਰਾਣੇ ਆ ਕਿਉਂਕਿ ਕਾਫੀ ਦੇਰ ਦੇ ਸਾਡੇ ਨਾਲ ਰਲੇ ਹੋਏ ਆ ਆਈ ਥਿੰਕ ਐਨਥੂਸੀਆਜ਼ਮ ਜੇ ਤੁਸੀਂ ਲਿਆਨਾ ਕਿਸੇ ਵੀ ਬੰਦੇ ਦੇ ਵਿੱਚ ਕੰਮ ਕਰਨ ਦਾ ਤੇ ਇਟਸ ਵੈਰੀ ਇੰਪੋਰਟੈਂਟ ਕਿ ਤੁਹਾਡੇ ਕੋਲ ਕੋਈ ਪੋਸਟ ਹੋਵੇ ਬਿਕੋਜ਼ ਥੈਨ ਤੁਹਾਨੂੰ ਲੱਗਦਾ ਕਿ ਤੁਹਾਡੀ ਕੋਈ ਰਿਸਪੌਂਸਿਬਿਲਟੀ ਹੈ ਟੂ ਵਰਕ ਐਂਡ ਤੁਸੀਂ ਵਰਕ ਹਾਰਡ ਕਰਦੇ ਹੋ ਤਾਂ ਕਿ ਨੈਕਸਟ ਟਾਈਮ ਤੁਸੀਂ ਉਸ ਤੋਂ ਅੱਗੇ ਵਾਲੇ ਸਟੈਪ ਤੇ ਜਾਓ ਅ ਅਸੀਂ ਸ਼ੁਰੂ ਤੋਂ ਕੰਮ ਐਜ਼ ਅ ਟੀਮ ਕੀਤਾ ਹੈ ਅੰਮ੍ਰਿਤਸਰ ਇਸ ਦੇ ਵਿੱਚ ਕਦੇ ਵੀ ਅਸੀਂ ਕੋਈ ਇੰਜ ਸਿੰਗਲ ਡਿਸੀਜਨ ਕਿਸੇ ਨੇ ਨਹੀਂ ਲੇਤਾ ਸੋ ਅਸੀਂ ਉਹ ਟੀਮ वर्क होर अपना स्ट्रोंग करने सो वी वॉन्ट कि साइड टीम होर ज़्यादा स्ट्रेंथन होगा होंड बैटर काम करे बहुत बहुत मुबारक है जेल चो लड़ेगा कोई गल, लड़े। <laughs> को <या। laughs> तो को गल नहीं जेल चो लड़ तो मर्जी आ जाए कोई गल नहीं असा पेल ही वेलकम कर रहे हैं सारे सो कोई प्रॉब्लम नहीं है कि ਫਿਰੋਜ਼ਪੁਰ ਦੇ ਹਾਤੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਮਹਿਲਾ ਵਿਧਾਇਕਾ ਸਤਕਾਰ ਕੌਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਉਸਦੇ ਪਤੀ ਦੇ ਰੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਮੀਡੀਆ ਸਾਹਮਣੇ ਪਤਨੀ ਦੀ ਟਿਕਟ ਕੱਟੇ ਜਾਣ ਤੇ ਪਤੀ ਜਸਮੇਲ ਸਿੰਘ ਲਾੜੀ ਫੁੱਟਫੁੱਟ ਕੇ ਰੋਣ ਲੱਗ ਪਏ ਲਾੜੀ ਨੇ ਕਿਹਾ ਕਿ ਪਾਰਟੀ ਨੂੰ ਟਿਕਟ ਕੱਟਣ ਤੋਂ ਪਹਿਲਾਂ ਉਹਨਾਂ ਦੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਖਾਤਰ ਉਹਨਾਂ ਨੂੰ ਸਿਆਸੀ ਰੰਜਿਸ਼ ਦੇ ਵਿੱਚ ਕੈਦ ਕੀਤਾ ਗਿਆ ਅਤੇ ਪਰਿਵਾਰ ਤੇ ਕਈ ਮੁਸੀਬਤਾਂ ਵੀ ਚੱਲੀਆਂ ਗਈਆਂ ਸੋ ਹੁਣ ਪਾਰਟੀ ਹਾਈ ਕਮਾਂਡ ਨੇ ਕਿਸੇ ਹੋਰ ਪਾਰਟੀ ਦੇ ਵਿਅਕਤੀ ਨੂੰ ਚੁੱਕ ਕੇ ਉਹਨਾਂ ਤੇ ਥੋਪ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਸਮੇਲ ਨੇ ਕਿਹਾ ਕਿ ਉਹ ਬੜੀ ਮਿਹਨਤ ਦੇ ਨਾਲ ਇੱਥੇ ਪੂਜੇ ਨੇ ਪਰ ਹਾਈ ਕਮਾਂਡ ਨੇ ਬਿਨਾ ਕਿਸੇ ਕਾਰਨ ਉਹਨਾਂ ਦੀ ਟਿਕਟ ਕੱਟ ਦਿੱਤੀ ਹੈ ਇਸ ਤੋਂ ਪਹਿਲਾਂ ਜਸਮੇਲ ਸਿੰਘ ਲਾਡੀ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਸਮੇਤ ਬਲਾਕ ਸਮಿತಿ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੇ ਨਾਲ ਕਰ ਕਰ ਮੀਟਿੰਗਾਂ ਕੀਤੀਆਂ ਨੇ ਸੋ ਇਸ ਦਰਾਂ ਨੂੰ ਉਹ ਟਿਕਟ ਮਿਲਣ ਦਾ ਦਰਦ ਬਰਦਾਸ਼ਤ ਨਾ ਕਰ ਸਕੇ ਅਤੇ ਭਾਵੁਕ ਹੋ ਕੇ ਕਾਫੀ ਰੋਏ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਜਿਸ ਵਿਅਕਤੀ ਨੂੰ ਟੇਕੜ ਦਿੱਤੀ ਹੈ ਉਹ ਉਸ ਦਾ ਸਾਥ ਨਹੀਂ ਦੇਣਗੇ ਦੰਦੇ ਵਿੱਚ ਹੀ ਉਹਨੇ ਛੱਡ ਕੇ ਆਪ ਨੂੰ ਔਰ ਲੋਕਾਂ ਦਾ ਹਜ਼ਾਰਾਂ ਲੋਕਾਂ ਦਾ ਜਿਹੜਾ ਆਪ ਵਾਲਿਆਂ ਦਾ ਵਿਸ਼ਵਾਸ ਤੋੜਿਆ ਉਸ ਬੰਦੇ ਨੇ ਤੋੜ ਕੇ ਤੇ ਜਿਹੜਾ ਦਵਾਦਵ ਕਾਂਗਰਸ ਚ ਹੋ ਗਿਆ ਜਵੈਨ ਜਵੈਨ ਹੋਣ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਜਿਹੜਾ ਕਿ ਟਿਕਟ ਮੰਗਣ ਲੱਗਾ ਕੈਂਡੀਡੇਟ ਬਣ ਕੇ ਮੈਂ ਨਹੀਂ ਸਮਝਦਾ ਕਿ ਉਹਨੇ ਕੋਈ ਕੋਈ ਸਿਰ ਪਾਰਟੀ ਲਈ ਕੁਛ ਉਹਨੇ ਕੀਤਾਗਾ ਕੋਈ ਇਹੋ ਜਿਹਾ ਕੰਮ ਜਿਨੇ ਕਿ ਸਾਡੇ ਜਿਵੇਂ ਹੁਣ 302 ਦੇ ਉੱਤੇ ਵੀ ਪਰਚੇ ਹੋਇਆ ਸਾਡੇ ਤੇ ਤੁਸੀਂ ਸਾਰੇ ਜਾਣਦੇ ਹੋ 302 ਵੀ ਲੱਗੀ ਆ ਜ਼ਮੀਨ ਵੀ ਗਰੀਬ ਦੀ ਵਿਕੀ ਆ ਘਰ ਵੀ ਵੇਚਿਆ ਸਾਰਾ ਕੁਝ ਵਿਕਿਆ ਮਾਂ ਪਿਓ ਵੀ ਗਵਾਇਆ ਕੀ ਲੜਸਾਤ ਵੀ ਸਮਝ ਨਹੀਂ ਆ ਰਹੀ ਕਿ ਤੁਹਾਡੀ ਕਿਉਂ ਕੱਟੀ ਗਈ ਕਿਸੇ ਬੰਦਿਆਂ ਨੂੰ ਨਾ ਦੇਖੋ ਪਾਰਟੀ ਸਾਡੀ ਕਾਂਗਰਸ ਵਰਗੀ ਨਾ ਤਾਂ ਇਹ ਦੁਨੀਆ ਤੇ ਹੈ ਤੇ ਨਾ ਹੋਣੀ ਆ ਪਰ ਕੁਝ ਬੰਦੇ ਜਿਹੜੇ ਸੀ ਸਾਡੇ ਉਹ ਜਿੱਤਣ ਤੇ ਖੁਸ਼ ਨਹੀਂ ਸੀਗੇ ਉਹ ਖੁਸ਼ ਨਾਰਾਜ਼ ਸੀਗੇ ਵੀ ਇਹ ਜਿਹੜੇ ਆ ਗਰੀਬ ਬੰਦੇ ਜਿਹੜੇ ਅੱਗੇ ਮੈਡਮ ਸਰਕਾਰ ਕੋਲ ਇੱਕ ਤਾਂ ਲੇਡੀ ਸੀਗੀ ਲੇਡੀ ਸੀ ਇੱਕ ਦਲਿਤ ਆ ਉਹ ਦਲਿਤ ਜਿਹੜੀ ਆ ਲੇਡੀ ਜਿਹੜੀ ਆ ਇਹ ਤਰੱਕੀ ਕਰ ਰਹੀ ਆ ਇਹਨੂੰ ਉਹਨਾਂ ਨੂੰ ਇਹ ਵੀ ਪਤਾ ਸੀ ਤੁਹਾਡੇ ਸਰਵੇ ਦੇ ਚੈਨਲਾਂ ਨੂੰ ਪਤਾ ਲੱਗ ਰਿਹਾ ਸਵੇਰੇ ਦੇ ਵਿੱਚ ਕਿ ਜਿਹੜੀ ਕਾਂਗਰਸ ਸੀਟ ਆ ਦਿਹਾਤੀ ਦੀ ਵਿੱਚੋਂ ਲੀਡ ਲਾਊਗੀ ਮੈਡਮ ਸਰਕਾਰ ਕੋ ਦੁਬਾਰਾ ਜਿੱਤ ਹੋਗੀ ਔਰ ਉਹ ਚੀਜ਼ਾਂ ਨੂੰ ਜਿਹੜੇ ਕਈ ਬੰਦੇ ਨੂੰ ਚੰਦ ਬੰਦਿਆਂ ਨੂੰ ਜਿਹੜੇ ਕੋ 2-4 ਬੰਦੇ ਜਿਹਨਾਂ ਮੈਂ ਕਹਿ ਦ ਸਕਦਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਮੈਡਮ ਦੀ ਬੀਬੀ ਦੁਬਾਰਾ ਜਿੱਤ ਗਈ ਕਿਤੇ ਤਰੱਕੀ ਨਾ ਕਿ ਤੁਹਾਡੇ ਪਾਰਟੀ ਦੇ ਬੰਦੇ ਹੀ ਆ ਜਿਨ੍ਹਾਂ ਨੇ ਵਿਰੋਧ ਕੀਤਾ ਨਹੀਂ ਚਲੋ ਮੈਂ ਨਹੀਂ ਕਿਸੇ ਦਾ ਕਹਿਣਾ ਮੈਂ ਰਣਾ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਜਿਨ੍ਹਾਂ ਸਾਡੇ ਗਰੀਬਾਂ ਬਾਰੇ ਮਾਰਾ ਜਿਹੜੇ ਚੰਨ ਬੰਦਿਆਂ ਦਾ ਤੁਸੀਂ ਨਾਂ ਲਿਆ ਕਿ ਉਹ ਪਾਰਟੀ ਦੇ ਬੰਦੇ ਹੀ ਆ ਮੈਂ ਨਾਂ ਨਹੀਂ ਕਿਸੇ ਦਾ ਲੈ ਰਿਹਾ ਪਰ ਪਤਾ ਸਭ ਨੂੰ ਹੀ ਆ ਜਿਹੜੇ ਚੰਦ ਮੰਦੇ ਆ ਉਹ ਗਰੀਬ ਦੇ ਖੁਸ਼ ਨਹੀਂ ਸੀਗੇ ਸਾਡੇ ਨਹੀਂ ਹੈਗੇ ਕਾਂਗਰਸੀ ਆ ਪਾਰਟੀ ਦੇ ਬੰਦੇ ਹੀ ਆ ਚਲੋ ਜੋ ਵੀ ਆ ਮੈਂ ਨਾ ਵੀ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਪਰ ਹੁੰਦਾ ਨਹੀਂਗਾ ਜਿਸ ਬੰਦੇ ਨੇ ਕਿਸੇ ਦੇ ਅੱਗੇ ਟੋਇਆ ਪੱਟੂਗਾ ਉਹ ਹਮੇਸ਼ਾ ਜਿਹੜਾ ਟੋਏ ਦੇ ਵਿੱਚ ਡਿੱਗਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਹੈ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਸ ਦੇ ਵਿੱਚ ਲੜਾਈ ਕਰਨ ਦੇ ਵਿੱਚ ਵਿਅਸਤ ਹੈ ਜਿਸ ਦੇ ਕਰਕੇ ਉਹ ਸੂਬੇ ਦੀ ਸੁਰੱਖਿਆ ਦੇ ਵੱਲ ਧਿਆਨ ਨਹੀਂ ਦੇ ਰਹੀ ਹੈ ਕਾਂਗਰਸ ਸਰਕਾਰ ਤੇ ਸ਼ਬਦੀ ਹਮਲਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 4 ਡੀਜੀਪੀ ਬਦਲ ਦਿੱਤੇ ਗਏ ਨੇ ਜਿਸ ਦੇ ਕਰਕੇ ਪੁਲਿਸ ਨੂੰ ਆਪਣੇ ਮੁੱਖ ਅਧਿਕਾਰੀ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਕਾਂਗਰਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਵਿਦਬੀਦੀਆਂ ਘਟਨਾਵਾਂ ਲੁੱਟਖੋ ਛੇੜਛਾੜ ਦੇ ਮਾਮਲੇ ਹੁੰਦੇ ਰਹੇ ਨੇ ਸੋ ਪੰਜਾਬ ਦੇ ਵਿੱਚ ਮਜ਼ਬੂਤ ਸਰਕਾਰ ਨਾ ਔਨ ਕਾਰਨ ਅਜਹੀਆਂ ਘਟਨਾਵਾਂ ਘਟਨਾਵਾਂ ਵਾਪਰ ਰਹੀਆਂ ਨੇ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜੋ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕਈ ਕੰਮ ਕੀਤੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਪੁਲਿਸ ਨੂੰ ਫ੍ਰੀਹੈਂਡ ਦਿੱਤੇ ਜਾਣਗੇ ਇਮਾਨਦਾਰ ਅਤੇ ਮਿਹਨਤੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਫੀਲਡ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਏਗਾ ਭਗਵੰਤ ਮਾਨ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਡਰਗ ਟਾਸਕ ਫੋਰਸ ਬਣਾਈ ਜਾਏਗੀ ਜਿਸ ਦੇ ਨਾਲ ਪੰਜਾਬ ਨਸ਼ਾ ਮੁਕਤ ਕੀਤਾ ਜਾਏਗਾ ਕਾਂਗਰਸ ਆਪਸ ਦੇ ਵਿੱਚ ਲੜ ਰਹੀ ਹੈ ਇਸ ਕਰਕੇ ਉਹ ਸੂਬੇ ਦੇ ਸੁਰੱਖਿਆ ਦੇ ਮਾਮਲੇ ਵੱਲ ਧਿਆਨ ਨਹੀਂ ਦੇ پا ਰਹੀ ਚਾਰ ਡੀਜੀਪੀ ਬਦਲਤੇ ਗਏ ਨੇ ਪੁਲਿਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੱਲ ਨੂੰ ਸਾਡਾ ਹੈੱਡ ਕੌਣ ਹੋਊਗਾ ਤੋ ਇਸ ਕਰਕੇ ਉਹ ਕੋਈ ਲੌਂਗ ਟਾਈਮ ਲੌਂਗ ਟਰਮ ਡਿਸੀਜਨ ਨਹੀਂ ਲੈ ਸਕਦੇ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਭਾਜਪਾ ਦੀ ਉਹਦੇ ਵਿੱਚ ਵੀ ਬੇਅਦਬੀਆਂ ਔਰ ਛੇੜਛਾੜ ਦੇ ਮਾਮਲੇ ਈਵ ਟੀਜ਼ਿੰਗ ਦੇ ਮਹਿਲਾਵਾਂ ਨਾਲ ਚੇਨ ਚੇਨੀਆਂ ਖੋਣੀਆਂ ਆਮ ਜੀ ਗੱਲ ਸੀ ਸਮਗਦਰਾਂ ਦੀ ਆਪਸ ਚ ਗੈਂਗਸਟਰਾਂ ਦੀ ਆਪਸ ਚ ਲੜਾਈਆਂ ਗੋਲੀਆਂ ਚੱਲਣੀਆਂ ਆਮ ਜੀ ਗੱਲ ਕਿਉਂਕਿ ਮਜ਼ਬੂਤ ਸਰਕਾਰ ਨਹੀਂ ਸੀ ਇਸ ਕਰਕੇ ਇਹ ਜਿਹੜਾ ਜਿਵੇਂ ਹੁਣ ਕਾਲੀ ਕਾਲੀ ਮਾਤਾ ਦੇ ਮੰਦਿਰ ਚ ਪਟਿਆਲਾ ਬੇਦਬੀ ਦੀ ਕੋਸ਼ਿਸ਼ ਹੋਈ ਦਰਬਾਰ ਸਾਹਿਬ ਹੋਈ ਬਲਾਸਟ ਹੋਇਆ ਲੁਧਿਆਣੇ ਕਿਉਂਕਿ ਸਾਡਾ ਜਿਹੜਾ ਹੋਮ ਮਿਨਿਸਟਰ ਹੈ ਉਹ ਖੁਦ ਇਹ ਕਹਿ ਰਿਹਾ ਕਿ ਜੇ ਚਾਹੁੰਦਾ ਮੈਂ ਹੋਮ ਮਿਨਿਸਟਰ ਬਣਿਆ ਮੇਰਾ ਪ੍ਰਧਾਨ ਮੇਰੇ ਨਾਲ ਬੋਲਦਾ ਨਹੀਂ ਨਵਜੋ ਸਿੰਘ ਜਿੱਦੂ ਜੇ ਮੇਰਾ ਇੰਨੀ ਹੋਇਆ ਤਾਂ ਮੈਂ ਆ ਆ ਦਾ ਜਿਹੜਾ ਅਹੁਦਾ ਉਹਦੇ ਪੈਰਾਚ ਧਰ ਦੇਣਾ ਤਾਂ ਫਿਰ ਉੱਤੋਂ ਜਿਹੜਾ ਪ੍ਰਧਾਨ ਹੈ ਉਹ ਫੋਰਸਸ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਿਹਾ ਕਿ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਜਿਹਦਾ ਵਿਰੋਧ ਹੋਇਆ ਖੁਦ ਫੋਰਸ ਨੇ ਵਿਰੋਧ ਕੀਤਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਅਸੀਂ ਪੰਜਾਬ ਦੀ ਸੁਰੱਖਿਆ ਜਿਹੜੀ ਹੈ ਇੰਟਰਨਲ ਸਕਿਉਰਟੀ ਅਮਨ ਅਮਾਨ ਭਾਈਚਾਰਕ ਸਾਂਝ ਸਾਡੀ ਪ੍ਰਾਇੋਰਟੀ ਹੋਊਗੀ ਅਮਰੀਕਾ ਦੇ ਲਾਸ ਐਂਜਲੈਸ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਐਮਾਜ਼ਾਨ ਅਤੇ ਫੈਡੈਕਸ ਦੇ ਸਮਾਨ ਦੇ ਨਾਲ ਭਰੀ ਟ੍ਰੇਨ ਦੇ ਵਿੱਚ ਦਿਨ ਦਿਹਾੜੇ ਲੁੱਟ ਹੋਈ ਹੈ ਦੁਨੀਆ ਭਰ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਨੇ ਸੋ ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਲੁੱਟ ਦੌਰਾਨ ਦਰਜਨਾਂ ਦੀ ਗਿਣਤੀ ਦੇ ਵਿੱਚ ਬੰਦੂਕਾਂ ਨੂੰ ਚੋਰ ਆਪਣੇ ਨਾਲ ਲੈ ਗਏ ਨੇ ਇਸ ਖੁਲਾਸੇ ਤੋਂ ਬਾਅਦ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਹਿੰਸਾ ਦਾ ਖਤਰਾ ਕਾਫੀ ਵਧ ਗਿਆ ਹੈ ਸ਼ਹਿਰ ਦੇ ਸੀਨੀਅਰ ਪੁਲਿਸ ਅਧਿਕਾਰੀ ਮਾਈਕਲ ਮੂਰ ਨੇ ਹੁਣ ਕਿਹਾ ਹੈ ਕਿ ਲੁਟੇਰੇ ਨਾ ਸਿਰਫ ਐਮਾਜ਼ਾਨ ਦੇ ਪੈਕੇਟ ਆਪਣੇ ਨਾਲ ਲੈ ਗਏ ਨੇ ਬਲਕਿ ਤੋਂ ਜ਼ਿਆਦਾ ਬਹੁਤ ਸਾਰੀਆਂ ਹੋਰ ਚੀਜ਼ਾਂ ਚੁੱਕ ਕੇ ਲੈ ਗਏ ਨੇ ਮੂਰਨੇ ਕਿਹਾ ਹੈ ਕਿ ਲੋਕ ਇਨ੍ਹਾਂ ਕੰਟੇਨਰਾਂ ਨੂੰ ਤੋੜ ਰਹੇ ਸੀ ਅਤੇ ਹਥਿਆਰ ਚੋਰੀ ਕਰ ਰਹੇ ਸੀ ਜੋ ਕਿ ਵੱਡੀ ਗਿਣਤੀ ਦੇ ਵਿੱਚ ਹਥਿਆਰ ਚੁੱਕ ਕੇ ਲੈ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਸਾਡੇ ਲਈ ਬਹੁਤ ਹੀ ਚਿੰਤਾ ਦਾ ਸਬਬ ਹੈ ਸੋ ਇਸ ਦੇ ਨਾਲ ਸ਼ਹਿਰ ਦੇ ਵਿੱਚ ਹੋਰ ਜ਼ਿਆਦਾ ਹਿੰਸਾ ਪੜਕ ਸਕਦੀ ਹੈ ਰਿਪੋਰਟ ਦੇ ਮੁਤਾਬਿਕ ਲੁਟੇਰਿਆਂ ਨੇ ਕਈ ਵੱਡੇ ਰਿਟੇਲਰਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਨੂੰ ਯੂਪੀਐਸ ਅਤੇ ਫੈਡੈਕਸ ਦੇ ਜ਼ਰੀਏ ਭੇਜਿਆ ਗਿਆ ਸੀ ਚੋਰਾਂ ਨੇ ਤਦ ਤੱਕ ਟ੍ਰੇਨ ਦੀ ਉਡੀਕ ਕੀਤੀ ਜਦ ਤੱਕ ਕਿ ਉਹ ਟਰੈਕ ਤੇ ਰੁੱਕ ਨਹੀਂ ਗਈ ਨੇ ਬੋਲਟ ਕਟਰ ਦੀ ਮਦਦ ਨਾਲ ਲੋਕ ਨੂੰ ਤੋੜ ਦਿੱਤਾ ਪੁਲਿਸ ਨੇ ਹੁਣ ਦੱਸਿਆ ਹੈ ਕਿ ਚੋਰਾਂ ਨੇ ਬੰਦੂਕਾਂ ਨੂੰ ਲੁੱਟ ਲਿਆ ਅਮਰੀਕਾ ਦੇ ਵਿੱਚੋਂ ਆਨਲਾਈਨ ਹਥਿਆਰ ਖਰੀਦਿਆ ਜਾ ਸਕਦਾ ਹੈ ਲੇਕਿਨ ਕਾਨੂੰਨਨ ਉਸ ਨੂੰ ਸਿੱਧੇ ਗਾ ਕਾਨੂੰਨ ਨਹੀਂ ਦਿੱਤਾ ਜਾ ਸਕਦਾ ਇਸ ਦੇ ਬਦਲੇ ਦੇ ਵਿੱਚ ਲਾਇਸੈਂਸ ਡੀਲਰ ਨੂੰ ਹਥਿਆਰ ਭੇਜ ਜਾਂਦੇ ਨੇ ਉੱਥੋਂ ਗਾਹਕ ਇਸ ਨੂੰ ਲੈ ਜਾਂਦੇ ਨੇ ਜੋ ਅਮਰੀਕਾ ਦੇ ਵਿੱਚ ਦਸੰਬਰ 2020 ਦੇ ਬਾਅਦ ਤੋਂ ਰੇਲ ਆਪਰੇਟਰ ਯੂਨੀਅਨ ਪੈਸੀਫਿਕ ਦੇ ਮੁਤਾਬਕ ਲਾਸ ਐਂਜਲਸ ਕਾਉਂਟੀ ਦੇ ਵਿੱਚ ਟ੍ਰੇਨਾਂ ਦੇ ਵਿੱਚ ਚੋਰੀ ਵਿੱਚ 160 ਫੀਸਦੀ ਦਾ

ਅਮਰੀਕਾ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਦਾਖਲ ਹੋਣ ਦਾ ਯਤਨ ਕਰ ਰੇ ਪ੍ਰਵਾਸੀਆਂ ਦੇ ਨਾਲ ਭਰੀ ਕਿਸ਼ਤੀ ਡੁੱਬਣ ਦੇ ਕਾਰਨ ਘੱਟੋ-ਘੱਟ 39 ਜਣਿਆਂ ਦੀ ਮੌਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਇਹ ਘਟਨਾ ਚਾਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ -35 ਡਿਗਰੀ ਦੀ ਠੰਡ ਦੇ ਵਿੱਚ ਅਮਰੀਕਾ ਦੇ ਬਾਰਡਰ ਤੋਂ ਸਿਰਫ 12 ਮੀਟਰ ਦੂਰ ਚਾਰ ਜੀਆ ਦਾ ਭਾਰਤੀ ਪਰਿਵਾਰ ਦਮ ਤੋੜ ਗਿਆ ਸੀ। ਫਲੋਰੀਡਾ ਦੇ ਸਮੁੰਦਰੀ ਕੰਢੇ ਤੋਂ ਕੁਝ ਦੂਰੀ ਤੇ ਕਿਸ਼ਤੀ ਡੁੱਬਣ ਦੀ ਇਤਲਾਮ ਮਿਲਣ ਤੇ ਅਮਰੀਕਾ ਦੇ ਕੋਸਟ ਗਾਰਡਜ਼ ਦੇ ਵੱਲੋਂ 39 ਲਾਪਤਾ ਪ੍ਰਵਾਸੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। you <laughs> ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਯੂਕਰੇਨ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਅਮਰੀਕਾ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੰਦਾ ਹਾਂ ਕਿ ਜੇਕਰ ਰੂਸ ਯੂਕਰੇਨ ਦੇ ਵਿੱਚ ਦਾਖਲ ਹੋਣ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਗੰਭੀਰ ਆਰਥਿਕ ਪਾਬੰਦੀਆਂ ਸਮੇਤ ਗੰਭੀਰ ਨਤੀਜੇ ਭੁਗਤਨੇ ਪੈਣਗੇ ਇੰਨਾ ਹੀ ਨਹੀਂ ਮੈਂ ਪੂਰਬੀ ਖੇਤਰ ਦੇ ਵਿੱਚ ਅਮਰੀਕੀ ਫੌਜਾਂ ਦੇ ਵਿੱਚ ਨਾਟੋ ਦੀ ਮੌਜੂਦਗੀ ਨੂੰ ਵਧਾਉਣ ਤੋਂ ਵੀ ਸੰਕੋਚ ਨਹੀਂ ਕਰਾਂਗਾ ਬਾਈਡਨ ਨੇ ਮੰਗਲਵਾਰ ਉਨ ਉਸ ਵੇਰੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰੂਸੀ ਬਲਾਂ ਦੀ ਤਾਇਨਾਤੀ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਬੈਲਾਰਸ ਦੀ ਪੂਰੀ ਸਰਹੱਦ ਤੇ ਰੂਸੀ ਫੌਜੀ ਮੌਜੂਦ ਨੇ ਬਾਈਡਨ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਦੀ ਯੂਕਰੇਨ ਦੇ ਵਿੱਚ ਆਪਣੀਆਂ ਫੌਜਾਂ ਜਾਂ ਨਾਟੋ ਬਲਾਂ ਨੂੰ ਭੇਜਣ ਦੀ ਕੋਈ ਯੋਜਨਾ ਨਹੀਂ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਜੇ ਰੂਸੀ ਫੌਜਾਂ ਯੂਕਰੇਨ ਦੇ ਵਿੱਚ ਦਾਖਲ ਹੁੰਦੀਆਂ ਨੇ ਤਾਂ ਇਸ ਦੇ ਗੰਭੀਰ ਆਰਥਿਕ ਨਤੀਜੇ ਹੋਣਗੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਯੂਕਰੇਨ ਦੇ ਗੈਰ ਜ਼ਰੂਰੀ ਦੌਰਿਆਂ ਦੀਆਂ ਯੋਜਨਾਵਾਂ ਨੂੰ ਰੱਦ ਕਰ ਦੇਣ ਕਿਉਂਕਿ ਰੂਸ ਯੂਕਰੇਨ ਦੀ ਸਰਹੱਦ ਦੇ ਦੋਵੇਂ ਪਾਸੇ ਤਣਾਅ ਵਧਦਾ ਜਾ ਰਿਹਾ ਹੈ ਫੌਜੀਆਂ ਦੀ ਗਿਣਤੀ ਵੀ ਵਧ ਰਹੀ ਹੈ ਦੇਸ਼ ਦੇ ਵਿਦੇਸ਼ ਮੰਤਰਾਲੇ ਦੀ ਇੱਕ ਸਲਾਹ ਮੁਤਾਬਿਕ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਮੰਤਰਾਲੇ ਨੇ ਕਿਹਾ ਹੈ ਕਿ ਰੂਸੀ ਖੇਤਰਾਂ ਦੇ ਵਿੱਚ ਅਤੇ ਦੇਸ਼ ਦੇ ਵਿੱਚ ਇਸ ਦੇ ਆਲੇ ਦੁਆਲੇ ਫੌਜੀ ਨਿਰਮਾਣ ਕਾਰਨ ਯੂਕਰੇਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚੋ ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਜੇਕਰ ਤੁਸੀਂ ਯੂਕਰੇਨ ਦੇ ਵਿੱਚ ਹੋ ਤਾਂ ਤੁਹਾਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਤੁਹਾਡੀ ਮੌਜੂਦਗੀ ਜ਼ਰੂਰੀ ਹੈ ਇੱਕ ਕਦਮ ਸੰਯੁਕਤ ਰਾਜ ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਵਾਂਗ ਉਸੇ ਤਰ੍ਹਾਂ ਦਾ ਹੈ ਜਿਸ ਨੇ ਸੋਮਵਾਰ ਨੂੰ ਕੁਝ ਕੂਟਨੀਤਿਕ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੀਵ ਤੋਂ ਜਾਣ ਦਾ ਅਧਿਕਾਰ ਦਿੱਤਾ ਸੀ ਦੂਜੇ ਦੇਸ਼ਾਂ ਦੇ ਸਥਿਤੀ ਵਿਗੜਨ ਤੇ ਇਸ ਦਾ ਪਾਲਣ ਕਰਨ ਦੀ ਤਿਆਰੀ ਜ਼ाहिर ਕੀਤੀ ਹੈ ਅਤੇ ਆਪਣੇ ਨਾਗਰਿਕਾਂ ਨੂੰ ਆਵਾਜਾਈ ਦੇ ਵਪਾਰਕ ਸਾਧਨਾਂ ਦੁਆਰਾ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ ਮਾਸਕੋ ਨੇ ਲਗਾਤਾਰ ਯੂਕਰੇਨ ਤੇ ਹਮਲਾ ਕਰਨ ਦੀ ਯੋਜਨਾ ਬਾਰੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਰੂਸੀ ਸਰਹੱਦਾਂ ਦੇ ਨੇੜੇ ਨਾਟੋ ਦੀ ਫੌਜੀ ਗਤੀਵਿਧੀਆਂ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਦੇ ਵਿੱਚ ਖਤਰਾ ਮੰਨਦਾ ਹੈ UAE ਦੇ ਵਿੱਚ ਰਹਿ ਰਹੇ ਲੱਖਾਂ ਭਾਰਤੀਆਂ ਦੇ ਲਈ ਖੁਸ਼ਖਬਰੀ ਹੈ ਸੋ UAE ਤੋਂ ਭਾਰਤ ਯਾਤਰਾ ਦਾ ਹਵਾਈ ਕਿਰਾਇਆ ਬਹੁਤ ਸਸਤਾ ਹੋ ਗਿਆ ਹੈ ਭਾਰਤ ਦੇ 13 ਦੇਸ਼ਾਂ ਦੇ ਲਈ ਹੁਣ ਕਰੀਬ 250 ਦਰਮ ਜਾਂ 5111 ਰੁਪਏ ਚੁਕਾਉਣੇ ਹੋਣਗੇ ਯੂਏਡੀ ਬਹੁਤ ਘੱਟ ਦਰਾਂ ਤੇ ਜਹਾਜ਼ ਸੇਵਾ ਦੇਣ ਵਾਲੀ ਕੰਪਨੀ 에ਅਰ ਅਰਬੀਆ ਨੇ ਇੱਕ ਪਾਸੇ ਦੇ ਲਈ ਇਸ ਸਸਤੀ ਉਡਾਨ ਦਾ ਐਲਾਨ ਕੀਤਾ ਹੈ ਇਹੀ ਨਹੀਂ 에ਅਰ ਅਰਬੀਆ ਨੇ ਅਲਖਮਾ ਅਤੇ ਸ਼ਾਰਜਾ 에ਅਰਪੋਰਟ ਤੇ ਲਈ ਸ਼ਟਲ ਬੱਸ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ 에ਅਰ ਅਰਬੀਆ ਨੇ ਜਿਹੜੇ ਸ਼ਹਿਰ ਦੇ ਲਈ ਉਡਾਨ ਸੇਵਾ ਸ਼ੁਰੂ ਕੀਤੀ ਹੈ ਉਹਨਾਂ ਦੇ ਵਿੱਚ ਦਿੱਲੀ ਮੁੰਬਈ ਹਾਇਦਰਾਬਾਦ ਜੈਪੁਰ ਬੰਗਲੌਰ ਅਹਮਦਾਬਾਦ ਗੁਆ ਕਾਲੀਕਟ ਕੋਚੀ ਤ੍ਰਵੇਂਦਰਮ ਅਤੇ ਨਾਗਪੁਰ ਸ਼ਾਮਿਲ ਨੇ 에어 ਅਰਬੀਆ ਨੇ ਦੱਸਿਆ ਹੈ ਕਿ ਉਸ ਦੀ ਸ਼ਟਲ ਬੱਸ ਸੇਵਾ ਅਲਖੇਮਾ ਅਦੇਸ਼ਾਰਜਾ ਤੇ ਲਈ ਦਿਨ ਦੇ ਵਿੱਚ 3 ਵਾਰ ਚੱਲੇਗੀ ਬੀਤੇ ਦਿਨੀ ਅਮਰੀਕਾ ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਪਿਆਨਿਕ ਬਰਫਪਾਰੀ ਦੇ ਵਿੱਚ ਅਮਰੀਕਾ ਦਾਖਲ ਹੁੰਦੇ ਅਤਿ ਦੀ ਠੰਡ ਦੇ ਵਿੱਚ ਮਾਰੇ ਗਏ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਪਛਾਣ ਗੁਜਰਾਤੀ ਪਰਿਵਾਰ ਦੇ ਵਜੋਂ ਹੋਈ ਹੈ ਇਹ ਪਰਿਵਾਰ ਜੋ ਅਮਰੀਕਨ ਡ੍ਰੀਮ ਦੀ ਭਾਲ ਦੇ ਵਿੱਚ ਮੌਤ ਦੇ ਮੂਹ ਦੇ ਵਿੱਚ ਬਰਫ ਦੇ ਵਿੱਚ ਜੰਮ ਗਿਆ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਨੇ ਸੋ ਉਹਨਾਂ ਦਾ ਭਾਰਤ ਤੋਂ ਪਿਛੋਕੜ ਪਿੰਡ ਡਿੰਕੂਚਾ ਹੈ ਜੋ ਗੁਜਰਾਤ ਸੂਬੇ ਦੇ ਜ਼ਿਲ੍ਹਾ ਗਾਂਧੀਨਗਰ ਦੇ ਵਿੱਚ ਹੈ ਇਹ ਪਟੇਲ ਪਰਿਵਾਰ ਜੋ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦਾਖਲ ਹੋਣ ਲਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀ ਮੌਤ ਦੇ ਮੂਹ ਵਿੱਚ ਸਦਾ ਲਈ ਚਲਾ ਗਿਆ ਮਾਰਿਆ ਗਿਆ ਪਰਿਸ ਜਿਸ ਦੇ ਵਿੱਚ ਇੱਕ 3 ਸਾਲ ਦਾ ਬੱਚਾ ਵੀ ਸ਼ਾਮਿਲ ਸੀ ਦੀ ਮੌਤ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਪਾਰ ਕਰਦੇ ਸਮੇਂ ਹੋਈ ਸੀ ਮਾਰੇ ਗਏ ਇਸ ਪਰਿਵਾਰ ਦਾ ਪਿੰਡ ਗੁਜਰਾਤ ਦੇ ਗਾਂਦੀਨਗਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਹੈ ਸੋ ਇਸ ਪਿੰਡ ਦੇ 1800 ਤੋਂ ਵੱਧ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਡਿੰਕੂਟਾ ਪਿੰਡ ਦੇ ਵਿੱਚ ਹਰ ਘਰ ਦਾ ਕੋਸਟਕੋ ਕੈਂਡੀ ਅਤੇ ਜਲੇਪੀਨੋ ਵੈਫਰਾਂ ਦਾ ਕਾਰੋਬਾਰ ਹੈ ਮਾਰੇ ਗਏ ਪਰਿਵਾਰ ਦੀ شناخت ਜਗਦੀਸ਼ ਪਟੇਲ ਉਸ ਦੀ ਪਤਨੀ ਵਿਸ਼ਾਲੀ ਪਟੇਲ ਅਤੇ ਉਸ ਦੇ ਦੋ ਬੱਚਿਆਂ ਵਿਹਾਂਗੀ ਅਤੇ ਦੇ ਧਰਮਿਕ ਵਜੋ ਹੋਈ ਹੈ ਇਹਨਾਂ ਦੀਆਂ ਲਾਸ਼ਾਂ ਸਰਹੱਦ ਤੇ ਬ੍ਰਾਮਦ ਦਿੱਤੀਆਂ ਗਈਆਂ ਜਦੋਂ ਤਾਪਮਾਨ -35 ਡਿਗਰੀ ਸੈਲਸੀਅਸ ਤੇ ਸੀ ਅਤੇ ਕੈਨੇਡਾ ਦੇ ਵਿੱਚ ਪੈਂਦੀ ਕਠੋਰ ਠੰਡ ਦੇ ਨਾਲ ਹੋਈਆਂ ਇਹਨਾਂ ਦੀਆਂ ਮੌਤਾਂ ਨੂੰ ਪਟੇਲ ਪਰਿਵਾਰ ਦੇ ਲਈ ਉਹਨਾਂ ਦਾ ਅਮਰੀਕੀ ਸੁਪਨਾ ਇੱਕ ਡਰਾਉਣਾ ਸੁਪਨਾ ਸਾਪਿਤ ਹੋਇਆ ਹੈ ਇਸ ਅਜ ਦੀਆਂ ਖਾਸ ਖਬਰਾਂ ਤੇ ਅਸ਼ਵਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ US TV ਨੂੰ ਕਰੋ ਸਬਸਕ੍ਰਾਈਬ ਧੰਨਵਾਦ